ਹਾਂਜੀ ਗੱਲ ਕਰਦੇ ਆ ਕਨਜੂਗੇਟ ਕਿਸੇ ਵੀ ਕੰਪਲੈਕਸ ਦਾ ਕਨਜੂਗੇਟ ਸਾਡੇ ਕੋਲ ਕੀ ਹੁੰਦਾ ਜਦੋਂ ਵੀ ਕੋਈ ਨੰਬਰ ਕੰਪਲੈਕਸ ਦੇ ਵਿੱਚ ਹੁੰਦਾ ਹੈ ਤਾਂ ਉਸ ਦਾ ਅਸੀਂ ਜਦੋਂ ਕਨਜੂਗੇਟ ਪਤਾ ਕਰਨਾ ਹੁੰਦਾ ਉਹਦਾ ਮੀਨਿੰਗ ਇਹ ਹੁੰਦਾ ਜੇਕਰ ਸਾਡਾ ਨੰਬਰ ਫਸਟ ਕੁਆਡਰੈਂਟ ਦੇ ਵਿੱਚ ਹੈਗਾ ਜੇਕਰ ਸਾਡਾ ਨੰਬਰ ਕੀ ਹੈ ਫਸਟ ਕੁਆਡਰੈਂਟ ਦੇ ਵਿੱਚ ਹੈਗਾ ਫਸਟ ਕੁਆਡਰੈਂਟ ਦੇ ਵਿੱਚ ਹੈਗਾ ਤਾਂ ਆਹ ਵਾਲੀ ਐਕਸ ਐਕਸਿਸ ਨੂੰ ਐਜ਼ ਇਸ ਅਸੀਂ ਮਿਰਰ ਮੰਨ ਕੇ ਚੱਲਦੇ ਆ ਕਿ ਲਾ ਕੇ ਚੱਲਦੇ ਆ ਮਿਰਰ ਲੈ ਕੇ ਚੱਲਦੇ ਆ ਤੇ ਉਹ ਵਾਲਾ ਜਿਹੜਾ ਸਾਡਾ ਕਨਜੂਗੇਟ ਹੋ ਕੇ ਕੀ ਹੋਏਗਾ ਨਾ ਨਿਚਲੀ ਵਾਲੀ ਸਾਈਡ ਤੇ ਆ ਜਾਂਦਾ ਮੰਨ ਕੇ ਚਲੋ ਜੋ ਜੈਡ ਹੈ ਤਾਂ ਜੈਡ ਦਾ ਕਨਜੂਗੇਟ ਸਾਡੇ ਕੋਲ ਅਸੀਂ ਜੈਡ ਡੈਸ਼ ਦੇ ਨਾਲ ਡਿਨੋਟ ਕਰਦੇ ਆ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਦਾ ਇਮੇਜ ਕਰਦੇ ਆ A ਔਰ B ਦੀ A ਔਰ B ਦੀ ਇਮੇਜ ਕਰਦੇ ਆ A ਔਰ B ਦੀ ਇਮੇਜ ਕਰਦੇ ਆ P ਡੈਸ਼ ਹੋਏਗੀ ਜਿੰਦਾ ਕੀ ਐਕਸ ਐਕਸਿਸ ਨੂੰ ਲੈ ਕੇ ਚੱਲੇਗਾ ਤਾਂ ਪੀ ਡੈਸ਼ ਦੇ ਵਿੱਚ ਸਾਡੇ ਕੋਲ ਰੀਅਲ ਅਨਲ ਨੰਬਰ ਹੋਵੇਂ ਤਾਂ ਉਹ ਵੀ ਰਹਿੰਦਾ ਔਰ ਸੈਕਿੰਡ ਜਿਹੜਾ ਨੰਬਰ ਹੁੰਦਾ ਉਹਦੇ ਆ ਸਾਈਨ ਕੀ ਹੋ ਜਾਂਦਾ ਸਾਡੇ ਕੋਲ ਚੇਂਜ ਹੋ ਜਾਂਦਾ ਉਸੇ ਤਰ੍ਹਾਂ ਜੇਕਰ ਸਾਡੇ ਕੋਲ ਜੈਡ ਐਕਸ ਪਲੱਸ ਇਓਟਾ ਵਾਈ ਹੈ ਤਾਂ ਉਹਦਾ ਕੰਜੂਗੇਟ ਸਾਡੇ ਕੋਲ ਕੀ ਹੋ ਜਾਏਗਾ ਐਕਸ ਮਾਈਨਸ ਇਓਟਾ ਵਾਈ ਐਕਸ ਮਾਈਨਸ ਇਓਟਾ ਵਾਈ ਜਿਹੜਾ ਉਹਦਾ ਕੰਜੂਗੇਟ ਹੋ ਜਾਂਦਾ ਉਸੇ ਤਰ੍ਹਾਂ ਜੇਕਰ ਜੈਡ ਸਾਡੇ ਕੋਲ ਕਿੰਨਾ ਹੈ 3 ਪਲੱਸ so 4 ਇਓਟਾ ਤੋਂ ਦਾ ਕਨਜੂਗੇਟ ਕੀ ਹੋ ਜਾਏਗਾ 3 4 i ਹੋ ਜਾਏਗਾ ਠੀਕ ਹੈ ਤਾਂ ਕਮੈਂਟ ਕਰਕੇ ਮੈਨੂੰ ਦੱਸਣਾ ਤੁਸੀਂ 3 5 i ਦਾ ਕਨਜੂਗੇਟ ਕੀ ਹੋਏਗਾ 3 5 i ਦਾ ਕਨਜੂਗੇਟ ਕੀ ਹੋਏਗਾ